जी अस्सलाम वालेकुम ला वबरक हो तो जो पे हो यूट्यूब चैनल मलिक आसिफ लांग सरेकी कल्चर और मैं थोड़ा तो मेजबान मलिक आसिफ लांग जनाब ने जनाफरेंदी खिदमत सोने मिठे मन भावने सजनों क्या हाल है ठीक ठाक हो तकड़े ताज़े हो ਉਮੈਦ ਕਰੇ ਸਾ ਫਿਟ ਫਾਟ ਹੋਸੋ ਅਤੇ ਖੈਰ ਦੇ ਨਾਲ ਹੋਸੋ ਕਮਾਲ ਸ਼ਫਤਾਂ ਸਬ ਸਜਣੇਆਂ ਕਿਉਂਕਿ ਅੱਜ ਮੈਂ ਸਬਸਕ੍ਰਾਈਬ ਦੇ ਹਵਾਲੇ ਨਾਲ ਸਜਣੇ ਕੋ ਕੁਝ ਨਹੀਂ ਆਦਾ ਹਰ ਵੀਡੀਓ ਦੇ ਵਿੱਚ ਆਖੇ ਔਰ ਮੁਹੱਬਤਾਂ ਕੀਤੇ ਹੋਏ ਇਵੇਂ ਚਲਦੇ ਆਪਨੇ ਪ੍ਰੋਗਰਾਮ ਵਾਲੇ ਪਾਸੇ ਜੀਆ ਕਮਾਲ ਸ਼ਫਕਾ ਸਹੀ ਸਾਡੇ ਕੋਲ ਮੌਜੂਦ ਪਾਕਿਸਤਾਨ ਬਲਕੇ ਸੋਸ਼ਲ ਮੀਡੀਆ ਦੇ ਉਤੇ ਈ ਟਾਈਮ ਜਿਹੜੇ ਹਾਈ ਅਲਰਟ ਜੀ ਜ਼ਹਿਦ ਇਕਬਾਲ ਕਮੈਂਟੇਟਰ ਸਾਡੇ ਕੋਲ ਮੌਜੂਦ ਹਨ ਔਰ ਸਾਡੇ ਇਲਾਕੇ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹਨ ਅੱਲਾਹ ਤਾਲਾ ਇਹਨਾਂ ਦੀ ਹਿੰਮਤ ਕੋ ਬਰਕਤਾਂ ਮਜ਼ੀਦ ਪਾਵੇ ਕਿਉਂਕਿ ਬਹੁ ਢਿੱਗ ਸਾਰੀ ਮਿਹਨਤ ਕਰਦੇ ਪੈਨ ਔਰ ਸੋਸ਼ਲ ਮੀਡੀਆ ਤੇ ਡਿੱਠੇ ਸੇ ਕਾਫੀ ਚੈਨਲ ਦੇ ਉਤੇ ਬੋਲ ਥੀ ਗਈ ਜੀਓ ਨਿਊਜ਼ ਥੀ ਗਈ ਔਰ ਕਾਫੀ ਚੈਨਲ ਦੇ ਉਤੇ ਇਹਨਾਂ ਦੇ ਇੰਟਰਵਿਊਜ਼ ਥੀ ਚੁਕੇ ਔਰ ਇਵੇਂ ਸਾਡਾ ਦਿਲ ਵੀ ਕੀਤੇ ਕਿ ਸਜਣੇ ਤੋਂ ਇਹ ਇਹਨਾਂ ਦਾ ਇੰਟਰਵਿਊ ਪੁੱਛਾਂ ਲੇਕਿਨ ਕਮਾਲ ਸ਼ਫਕਤ ਜ਼ਹਿਦ ਇਕਬਾਲ ਸਾਹਿਬ ਜੀ ਕੇ ਜਿਹੜੇ ਲਾਹੌਰ ਦੇ ਵਿੱਚ ਉਹ ਸਪੈਸ਼ਲਿਸਟ ਸ਼ਰੀਫ ਗਿਨ ਕੇ ਹਨ ਔਰ ਇਹਦੇ ਵਿੱਚ ਢਿਕਸਰੀ ਮਿਹਨਤ ਢਿਕਸਰੀ ਪਿਆਰ ਜਨਾਬ ਸਾਡੇ ਪ੍ਰੋਡਿਊਸਰ ਡਾਇਰੈਕਟਰ ਜਨਾਬ ਮਲਕ ਸਕਲੈਨ ਅਮਦ ਲਾਂਗ ਸਾਹਿਬ ਦੀ ਕਾਫਸ਼ੇ ਤੇ ਅਤੇ ਉਹਨਾਂ ਦੀ ਮੁਹੱਬਤਾਂ ਦੇ ਵਿੱਚ ਜਨਾਬ ਔਰ ਸਾਡੇ ਇਲਾਕੇ ਦੇ ਵਿੱਚ ਤਸ਼ਰੀਫ ਗਿਨ ਹਨ ਔਰ ਸਜਣੋ ਇਹਨੇ ਦਾ ਤੁਹਾਨੂੰ ਦੱਸਿੰਦਾ ਜੁਲਾ ਕਿ ਜਿਹੜਾ ਜਵਾਨ ਦੇ ਦੇ ਪਿਓ ਕੈਮਰਾਮੈਨ ਤੋਂ ਕੋਈ ਦਿਖ ਲੈਂਦਾ ਪਏ ਮੇਰੇ ਨਾਲ ਬਿਲਕੁਲ ਖੜੇ ਜੀਆ ਇਹ ਕੋ ਅਗਰ ਜੇ ਜੇ ਉਹਦਾ ਡੀਵੀਜੇ ਬਿਲਕੁਲ ਜ਼ੀਰੋ 020 ਇਹਨਾਂ ਦੀ تعلیم ਲੇਕਿਨ ਜੇ ਜੇ ਲਈ ਇਹਨਾਂ ਦਾ ਟੈਲੈਂਟ 100 ਇਹਨਾਂ ਦੀ ਇੰਗਲਿਸ਼ ਦੇ ਵਿੱਚ ਕਮੈਂਟਰੀ 100 ਤਾਂ ਮੈਂ ਗਰੰਟੀਡ ਹਾਂ ਕਿ ਸਜਣੇ ਦਾ ਦਿਲ ਖੁਸ਼ ਹੋਤੀ ਵੇਸੀ ਕਿ ਇਤਨੀ ਇੱਕ ਸਾਦਾ ਬੰਦਾ ਔਰ ਇਤਨੀ ਇੱਕ ਸਾਦਗੀ ਦੇ ਵਿੱਚ ਰਹਿ ਕੇ ਗਰੀਬ ਬਿਲਕੁਲ ਇੰਤਹਾਹੀ ਗਰੀਬ ਸਜਣੇ ਮਿਹਨਤ ਮਜ਼ਦੂਰੀ ਕਰੰਦੇ ਵੀਡੀਓ ਤੁਸਾਂ ਅਕਸਰ ਇਹਨਾਂ ਦੇ ਦੇਦੇ ਹੋ ਬਿਲਡਿੰਗ ਦਾ ਕੰਮ ਕਰੰਦੇ ਔਰ ਬਿਲਡਿੰਗ ਦੇ ਕੰਮ ਦੇ ਨਾਲ ਹੀ ਘਰ ਦਾ ਰੋਜ਼ਗਾਰ ਅਥੇ ਘਰ ਦਾ ਸਰਕਟ ਚੱਲੰਦੇ ਤਾਂ ਮੈਂ ਸਜਣੇ ਕੋ ਦੱਸੰਦਾ ਜੁਲਾ ਕਿ ਜ਼ਹਿਦ ਇਕਬਾਲ ਸਾਹਿਬ ਸਾਡੇ ਨਾਲ ਮੌਜੂਦ ਸਾਡੇ ਸਟੂਡੀਓ ਦੇ ਵਿੱਚ ਮੈਂ ਪਹਿਲੇ ਤਾਂ ਇਹਨਾਂ ਦਾ ਬੇहद ਮਸ਼ਕੂਰ ਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਜ਼ੈਦ ਭਾਈ ਬਹੁ ਬਹੁ ਮਿਹਰਬਾਨਾ ਪਹਿਲੇ ਤਾਂ ਡਿਕਸਰ ਜਨਾਬ ਰਹਿ ਦਾ ਮੈਂ ਮਸ਼ਕੂਰ ਆ ਕਿ ਸਾਡੇ ਇਲਾਕੇ ਸਾਡੀ ਤਹਿਸੀਲ ਜਲਾਲਪੁਰ ਤੇ ਤਸ਼ਰੀਫ ਘਿਨਾਏ ਵੇ ਲੰਘ ਆਏ ਵੇ ਸਾਡਾ ਮਾਣ ਵਧਾਏ ਵੇ ਔਰ ਸਰੇਕੀ ਦੇ ਨਾਲ ਸਰੇਕੀ ਅਜਰਕ ਵੀ ਪਾ ਕੇ ਸੋਹਣਾ ਵਰਤਾਵਾ ਵਰਤਿਆਂ ਦੇ ਖੜਿਓ ਸਫਰ ਕਿਵੇਂ ਲੱਗੇ ਮਾਸ਼ਾਅੱਲਾ ਬਹੁਤ ਚੰਗਾ ਲੱਗਾ ਸਕਲੈਨ ਸਾਹਿਬ ਦਾ ਜਿਹੜਾ YouTube ਚੈਲੰਜ ਹੈ ਇਹਨਾਂ ਨੂੰ ਮੈਂ ਬਹੁਤ ਸਲੂਟ ਕਰਨਾ ਕਿ ਇਤਨਾ ਦੂਰੋਂ ਮੈਨੂੰ ਬੁਲਾਇਆ तो बड़ा प्यार मिले जलालपुर आके के ते माशाला बहुत प्यारे बंद बीबे अच्छा जलालपुर के आने इन टाइम तो मलिक सुलैन अहमद लांग साहब दे बल्कि मैं दे स्टूडियो दे वस्ती हवेली लांग के खड़े हो इतना भी आके तो क्या महसूस थे बाहर जिमें दोस्तों को मिले हुए माशाला बहुत अच्छा काम कर का रहे हैं इन्हों में मैं यूट्यूब लाँना तो लाइक भी करना सबसक्राइब भी बहुत अच्छे बनते हैं ਤੇ ਮੈਂ तमाम ਪਾਕਿਸਤਾਨੀਆਂ ਨੂੰ ਕਹਿਣਾ ਇਹਨਾਂ ਨੂੰ ਕਾਮਯਾਬ ਕਰੋ ਬਹੁਤ ਅੱਛਾ ਕੰਮ ਕਰ ਰਹੇ ਨੇ ਤੇ ਸਰੈਕੀ ਬਰਾਵਾ ਵਾਸਤੇ ਬੜੇ ਅੱਛੇ ਅੱਛੇ ਪ੍ਰੋਗਰਾਮ ਪ੍ਰੈਜ਼ਾਈਡ ਕਰਦੇ ਨੇ ਬਹੁਤ ਅੱਛੇ ਹਨ ਤੇ उन्ह लांग साहब का बड़ा शुकर गुजार हाँ कि मैं लाहौर बुलाया तो कीमती टाइम कैं उन्होंने जी मलिक सुलेन अहमद लांग साहब की तरफों और नचीज मलिक आसिफ लाग की तरफों जनाबर डिग सारे मजकूर हैं सा लंघ है वे माण वध्या है वे। और हकीकत जो अजक सोशल मीडिया से सजे प्य हो कि जो बंदा एक सोशल मीडिया से फेमस थी वजे वाला अक्सर सजन डिठेन के जे का चावन भी गवरा नहीं करेंगे लेकिन जहद इकबाल साहब वो वहद बन क्योंकि ਉਹਨਾਂ ਨੂੰ ਵੀ ਚਾਹੀਦਾ ਹੈ ਦਿਲ ਵੱਡਾ ਜਵਾਨ ਵੀ ਠਿਕਸਰਾ ਵੱਡਾ ਹੈ ਔਰ ਦਿਲ ਵੀ ਵੱਡਾ ਹੋਣਾ ਚਾਹੀਦਾ ਹੈ ਆਓ ਚਲਦੇ ਇਹਨਾਂ ਕੋਲ ਮਿਲਵਨੇ ਹੈ ਇਹਨਾਂ ਨਾਲ ਗੱਲ ਵੀ ਕਰਦੇ ਆ ਕਿਉਂਕਿ ਸ਼ੁਕਰੀਆ ਦਾ ਵੀ ਕਰ ਗਏ ਨੇ ਤੇ ਜਿਹੜੇ ਮਕਸਦ ਵਾਸਤੇ ਅਸੀਂ ਇਹਨਾਂ ਕੋ ਸੱਦੇ ਕਿਉਂਕਿ ਇਹਨਾਂ ਦੀ ਇੰਗਲਿਸ਼ ਕਮੈਂਟਰੀ ਜਿਹੜੀ ਹੈ ਉਹ ਈ ਟਾਈਮ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹਾਈ ਅਲਰਟ ਸੀ ਚੁਕੀ ਹੈ ਔਰ ਕਾਫੀ ਚੈਨਲ ਦੇ ਉਤੇ ਟੀਵੀ ਚੈਨਲ ਦੇ ਉਤੇ ਔਰ ਲਾਲਾ ਜ਼ੈਦ ਇਕਬਾਲ ਸਾਹਿਬ ਇਹਦੇ ਸਿਸੋ ਪਹਿਲੇ ਪਹਿਲੇ ਕਿਰਚ ਚੈਨਲ ਦੇ ਉਤੇ ਤੁਸੀਂ ਇੰਟਰਵਿਊ ਕੀਤਾ ਪਹਿਲੇ ਜੀ ਯਾਸਰ ਸ਼ਾਮੀ ਦੇ फेसबुक ਤੇ ਉਸ ਤੋਂ ਬਾਅਦ ਸਵਾ ਟਵੀ ਫਿਰ ਜੀਐਨ ਫਿਰ ਨਿਊ ਟੀਵੀ ਤੇ ਨਿਊ ਨਿਊਜ਼ ਉਸ ਤੋਂ ਬਾਅਦ ਉਰਦੂ ਪੁਆਇੰਟ ਤੇ ਫਿਰ ਇੱਕ ਕੋਈ ਬੀਬੀਸੀ ਲੰਡਨ ਬਾਹਰ ਦੀ ਵੈਬਸਾਈਟ ਉਸ ਤੇ ਤੇ ਉਸ ਤੋਂ ਬਾਅਦ ਹੋਰ ਵੀ ਹੈ 9242 8 24 اچھا ਬਿਲਕੁਲ ਗੱਲ ਪਹਿਲੀ ਗੱਲ ਤੇ ਸਾਡੀ ਸਰੇਖੀ ਸਮਝ ਆ ਜਾ ਜੀਓ ਨਿਊਜ਼ जियो न्यूज भी साकी भी समझ आती खड़ी है क्योंकि सानल सरेकी तुसा नाराज ना थी सो कि मेरी तरफ अगर तो तकलीफ थी, थी तो बर्दाश्त करे सो मैं तुसा को कहना के सराकी चैनल बहुत चंगा है इन्ह देनर दे दे हैं आसम लायंग साहब बहुत ही माशाला बीबे बंदे ने सादगा जरूर आसान। कमाल से अच्छा सब्सक्राइब करो तो लाइक करो ਬੜੇ ਅੱਛੇ ਅੱਛੇ ਪ੍ਰੋਗਰਾਮ ਲੈ ਕੇ ਆਂਦੇ ਨੇ ਝੁੰਮਰ ਦੇ ਜਿਹੜੇ ਇਹਨਾਂ ਦੇ ਖੁਦ ਆਨਰ ਇਹ ਜਾ ਕੇ ਪ੍ਰੋਗਰਾਮ ਪ੍ਰਵਾਈਡ ਕਰ ਦਿੰਦੇ ਤੇ ਉਹਨਾਂ ਦਾ ਤੁਹਾਨੂੰ ਨਵੇਂ ਨਵੇਂ ਵੀਡੀਓ ਸ਼ੇਅਰ ਕਰਦੇ ਮਿਹਰਬਾਨੀ ਜ਼ੈਦ ਭਾਈ ਅੱਛਾ ਇਹ ਦੱਸਿਓ ਕਿ ਇਹ ਕਿੰਨੀ ਹਕਤਾਲੀਮ ਹੈ ਤਲੀਮ ਜਿਸ ਸਕੂਲ ਨੇ ਗਿਆ ਨਿੱਕੇ ਹੁੰਦੇ ਵਾਲਦਾ ਗੜੀ ਹੈ ਕਿਸੇ ਦੇ ਘਰ ਕੰਮ ਕਰਦੀ ਹੈ ਤੇ ਵਾਲਦ ਜੜਾ ਉਹਨਾਂ ਦੇ ਡੰਗਰਾਂ ਨੂੰ ਪੱਠੇ ਪਾੰਦਾ ਚੌਕੀਦਾਰ ਆ ਤੇ ਬਹੁਤ ਗਰੀਬ ਮਾੜੇ ਬੰਦੇ ਆ ਸੇ ਤੇ ਪੜ ਨਹੀਂ ਸਕੇ ਤੇ ਵਾਲ ਮੈਂ ਆ ਪੱਟੇ ਬੁੰਦਾ ਨਹਿਰ ਤੇ ਮੱਜਾ ਗੇ ਨੂੰ ਇੰਦਾ ਤੇ ਉਥਾਂ ਐਫਮ ਵਾਲਾ ਰੇਡੀਓ ਹੁੰਦਾ ਵਾਲ ਛੋਟਾ ਹਾਂ ਉਥਾਂ ਮੋੜ ਮੈਂ ਸੁਣਦਾ ਤੇ ਫ੍ਰੈਕਸਟ ਕਰਦਾ ਗਿੰਦਾ ਐਂਡ ਦੀ ਵੈਰੀ ਵੈਰੀ ਗੁੱਡ ਸ਼ਾਟ ਐਂਡ ਪੋਰਟਨ ਬੋਲ ਦਿਸ ਗੇ ਕਮਾਲ ਮਕਸਦ ਇਹ ਕਿ ਨਕਲ ਉਤਰੇਂਦੀ ਰਹੀ ਵੇ ਤੇ ਜ਼ਿਆਦਾ ਐਡਸ ਇਸੋ ਕਿ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦੀਦਾ ਤੁਹਾਡਾ ਪਲੇਅਰ ਕੋਨਾ ਸ਼ਾਦ ਅਫਰੀਦੀ ਸਾਹਿਬ ਨੇ ਇਸ ਤੋਂ ਇਲਾਵਾ ਤੁਸੀਂ ਕੇ ਸੀ ਐਚ ਨੈਸ਼ਨਲ ਬਾਹਰ ਦੇ ਖਿਡਾਰੀ ਦੀ ਵੀ ਕਮੈਂਟਰੀ ਸੁਣ ਸਕਦੇ ਹੋ ਪਾਕਿਸਤਾਨੀ ਦੇ ਸੁਣੋ ਇਸ ਤੋਂ ਤੁਸੀਂ ਆਖੋ ਇਹ ਤਾਂ ਵਲ ਸਾਰੇ ਅਸੀਂ ਵੀ ਜਾਣਨੇ ਆ ਪਾਕਿਸਤਾਨ ਦਾ ਅਫਰੀਦੀ ਹੈ ਹਫੀਜ਼ ਹੈ ਸਾਰਿਆਂ ਦਾ ਨਾਮ ਆਉਂਦਾ ਅੱਛਾ ਜ਼ੈਦ ਬਿਲਕੁਲ ਠੀਕ ਹੈ ਤੇ ਜਿਹੜੀ ਫੇਮਸ ਜੀ ਮੈਂ ਗੱਲ ਕਰ ਰਿਹਾ ਪਿਆਮ इन टाइम एक थोड़े को स्टार्ट करें दे पे कि समी ने आके गेंद की थी है और शहद अफरीदी ने छक्का मारे यस मोहम्मद सेमी एंड पाकिस्तान डोमेस्टिक लेवल्स शहद अफरीदी सीनियर प्लेयर एंड वंस अगेन ओह माय गॉड व्हाट अ मैक्समैन ब्यूटीफुल टैमिंग एंड बुम बुम ओफ्रेदी एंड जस्ट इंग वेरी ईजी मैन एन डोमेस्टिकट एंडी बैंक इज गुड वन टू शहद्रेद गुड चॉइस एंडी सुई गैस बॉलर इज अ प्रॉब्लम टू मेन थैंक यू ठीक है पी एस एल अजकल चलता पे पाकिस्तान पी एस एल सीजन सिक्स अच्छा इन्हे टीम तुम्हें तो ज़्यादा पसंद पसंदीदा है बेस्ट टीम जी पिशावर जलमी लाहौर कलंधर कराची किंग्स इस तुं तो बाद मुल्तान सुल्तान आंदी है साढ़े सुरैकी बरावर की टीम एक को भी मैं अपील करना अली तरीन साहब को कि मैंने अपना ब्राइज बनावन इन शाला ग्राउंड में आ तो सी टीम का हौसलावर से ਤੇ ਨਾਲੇ ਇਸ ਮੁਲਕ ਦਾ ਨਾਮ ਵਿਦਰੋਸ਼ਨ ਅਸੀਂ ਕਿ ਅਨਪਾਰ ਬੰਦਾ سپورਟ ਕਰਦਾ ਅੱਛਾ ਤੁਹਾਡੀ ਫੇਵਰਿਟ ਟੀਮ ਪੀਐਸਐਲ ਛੀ ਦੀ ਛੀ ਟੀਮ ਇਹਦੇ ਵਿੱਚੋਂ ਕਿਹੜੀ ਹੈ ਜਿਹਨੂੰ ਜ਼ਿਆਦਾ ਤੁਸੀਂ ਉਹ ਕਰਦੇ ਹੋ سپورਟ ਕਰਦੇ ਹੋ ਜਵੇਦ ਅਫਰੀਦੀ ਸਾਹਿਬ ਦੇ ਹਸਤਬਾ ਲਾਹੌਰ ਹੈ ਤੇ ਫਿਰ ਮਲਤਾਨ ਹੈ ਹਾਂ ਠੀਕ ਹੈ ਇਹ ਵੀ ਸੁਣੀ ਗੱਲ ਕੀਤੀ ਵੇ ਅੱਛਾ ਹੁਣ محمد ਹਫੀਜ਼ ਗੇਂਦ ਖੇਡਦਾ ਪੇ ਬੈਟਿੰਗ ਅਤੇ ਉਡੋ ਜਿਹੜਾ ਨਸ਼ਾਦ ਅਫਰੀਦੀ ਇਸ ਸਪਿਨ ਬੋਲਰ ਹੈ They have out there, Shahid the ball, Balde on the commentary king of Yes of fees batting and Afridi and Cross to umpire. Oh in the big kiss and a camera, be so oh, swing the clean bolts. Yes, Afid and professional in building a loud calendar. Multan Sultan is a senior bowler. Afridi, good swing delivery. He a no tension again. Afridi is a yawk delivery. Afid is a bat and stay drive and loose man. is a bold and clean bowler. Afridi is a good dangerous bowler. Thank you. ਠੀਕ ਹੈ ਸੋਹਣੇ ਵੀਰੋ ਅੱਡੇ ਤੇ ਕਿੜੇ ਆਵੇ ਕਿ ਚਸੀਲਾ ਵਰਤਾਵਾ ਵਰਤਨ ਦੇ ਪੈਣ ਲੇਕਿਨ ਸਾਡੇ ਕੋਲ ਇਹਨੇ ਤੇ ਬਈ ਵੀ ਇਹ ਕੇ ਤੋਂ ਕੋ ਕਮੈਂਟਰੀ ਸੁਣੋ ਇਸ ਮੈਚ ਦੀ ਜਿੰਦੇ ਤੇ ਹਫੀਜ਼ ਵੀ ਆਊਟ ਥੇ ਔਰ ਸ਼ਹਿਦ ਅਫਰੀਦੀ ਵੀ ਆਊਟ ਥੇ ਲੇਕਿਨ ਅੱਜ ਕੱਲ ਜ਼ਿਆਦਾ ਦੇ ਦੇ ਪਿਓ ਸੋਸ਼ਲ ਮੀਡੀਆ ਦੇ ਉਤੇ ਰੈਸਲਿੰਗ ਉਹਦੀ ਵੀ ਕਮੈਂਟਰੀ ਲਾਲੇ ਕੋਲ ਸੁਣਦੇ ਆ ਕਿਵੇਂ ਜ਼ੈਦ ਇਕਬਾਲ ਸਾਹਿਬ ਰੈਸਲਿੰਗ ਦੀ ਕਮੈਂਟਰੀ ਤੋ ਸਾਹਿਬ ਕੋ ਰੈਂਡੀ ਓਡਨ ਦਾ ਤੇ ਬ੍ਰੈਡ ਵਾਈਟ ਦਾ ਮੁਕਾਬਲਾ ਸੁਣਵਾ ਦੇਗਨ ਕਹਿੰਦਾ ਕਹਿੰਦਾ ਬ੍ਰੈਡ ਵਾਈਟ ਤੇ ਰੈਂਡੀ ਓਡਨ ਵੈਰੀ ਗੁੱਡ ਆਵਾਂਡ And 265 pound by Randy Oden. Yes, and a lot of challenges again. Brad White and the face, and the first time. And I have the and the injury by Randy Oden in the hospital in the physio. And thank you. <laughs> बहुत मेहरबानी सी जफर जहरद इकबाल साहब अल्लाह तक सलामत रखी और वह बारी जे मेरे चैनल यूट्यूब चैनल मलिक आसिफ लांग सरेकी कल्चर क्योंकि मैं तो सजने को आख आख थक गया मत वाली तो गाल मन गए साध मुरादी को क्या आखना चाह सो सईं बहुत चंगा काम करें मैं थोड़ा को हाथ जोड़े ना इन्हों कामयाब करो तो बड़े माशाला सोहने सोहने प्रोग्राम लैके आसन हर आज मैं आया अल्लाह ने तो कल होर कुछ स्टार आसी इस चैनल जरूर सब्सक्राइब करो साहब का शुक्र से मलक सुलैन अहमद लांग साहब का जिन्होंने मैनुट किया तो इत बुलाया उन्हों का बहुत बहुत शुक्रिया इस टीवी को जरूर याद करो क्योंकि सैक सैकी कल्चर है पाकिस्तान का हिस्सा है दुआ करो कि सुबह लादा बन बन जाए तो फिर थोड़े हस्ते इन्ह न्यूज़ स्टूडियो बड़े नवे नवे प्रोग्राम लाइव तुम तो दिखे सौ अजय तो यह शुरुआत है ਉਹ ਪਾਕਿਸਤਾਨੀ ਕਹਿੰਦੇ ਨਾ ਨੀਅਤ ਕਰੋ ਤੇ ਖੁਦਾ ਅਜ਼ਰ ਦਿੰਦਾ ਇਨਸ਼ਾਅੱਲਾ ਇਹਨਾਂ ਨੂੰ ਇੱਕ ਦਿਨ ਕਾਮਯਾਬ ਤੁਸੀਂ ਜੀ ਸਜਣੋ ਜ਼ਹਿਦਿਕ ਬਾਲ ਸਾਹਿਬ ਸੋਹਣਾ ਸੋਹਣਾ ਪੈਗਾਮ ਦੇਂਦੇ ਪਿਆਨ ਔਰ ਆਪਣੇ ਨੌਕਰ ਆਪਣੇ ਮੇਜ਼ਬਾਨ ਕੋ ਦੇਸੋ ਇਜਾਜ਼ਤਾਂ ਇੱਕ ਨਵੀਂ ਵੀਡੀਓ ਦੇ ਨਾਲ ਬਿਰਾਵੀ ਦੀ ਖਿਦਮਤ ਵਿੱਚ ਵਾਲਾ ਹਦ ਦਿੱਸੂ ਪਾਕਿਸਤਾਨ ਜ਼ਿੰਦਾਬਾਦ